ਬਿਹਾਰ ਵਿੱਚ ਚਮਕੀ ਬੁਖਾਰ ਦੇ ਨਾਲ ਹੁਣ ਤੱਕ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਨੂੰ ਵੀ ਇਸ ਚਮਕੀ ਨਾਮ ਦੀ ਬਿਮਾਰੀ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਚੀਮਾ ਦਾ ਕਹਿਣਾ ਹੈ ਕਿ ਸਰਕਾਰ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲਵੇ ਕਿਉਂਕਿ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਹੈ ਅਤੇ ਬਿਹਾਰ ਦੇ ਮਜ਼ਦੂਰ ਆਪਣੇ ਪਰਿਵਾਰ ਸਮੇਤ ਪੰਜਾਬ ਵੱਲ ਰੁੱਖ ਕਰ ਚੁੱਕੇ ਨੇ। ਉਹਨਾਂ ਦੇ ਨਾਲ ਇਹ ਭਿਆਨਕ ਬਿਮਾਰੀ ਵੀ ਆ ਸਕਦੀ ਹੈ ਅਤੇ ਇਸ ਦੇ ਲਈ ਸਰਕਾਰ ਨੂੰ ਗੰਭੀਰ ਕਦਮ ਚੁੱਕਣੇ ਚਾਹੀਦੇ ਨੇ। ਬਿਹਾਰ ਦੇ ਵਿੱਚ ਜਿਹੜਾ ਵਾਇਰਸ ਫੈਲਿਆ ਹੋਇਆ ਹੈਗਾ ਔਰ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਆ, ਵੱਡੀ ਪੱਧਰ ਤੇ ਬਿਹਾਰ ਤੋਂ ਲੇਬਰ ਕਰਨ ਦੇ ਲੋਕ ਪੰਜਾਬ 'ਚ ਆਉਂਦੇ ਨੇ, ਹਰੇਕ ਸਾਲ ਆਉਂਦੇ ਨੇ ਔਰ ਇਸ ਵਾਰ ਵੀ ਆ ਰਹੇ ਨੇ। ਉਹਨਾਂ ਦੇ ਨਾਲ ਬੱਚੇ ਵੀ ਆਉਂਦੇ ਨੇ, ਫੈਮਲੀਆਂ ਵੀ ਆਉਂਦੇ ਨੇ। ਮੈਂ ਸਮਝਦਾ ਪੰਜਾਬ ਸਰਕਾਰ ਨੂੰ ਕੋਈ ਪ੍ਰਕੋਸ਼ਨਰੀ ਮਈਅਰ ਅਪਣਾਉਣੇ ਚਾਹੀਦੇ ਨੇ, ਕੋਈ ਨਾ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਚਾਹੀਦਾ ਜਿਹੜੇ ਵੀ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਆ ਰਹੇ ਨੇ ਉਹਨਾਂ ਕੋਲ ਮੈਡੀਕਲ ਚੈੱਕਅਪ ਹੋਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਬੱਚੇ ਜਾਂ ਵਿਅਕਤੀ ਉਸ ਵਾਇਰਸ ਦਾ ਸ਼ਿਕਾਰ ਨੇ ਤਾਂ ਕਿ ਉਹ ਵਾਇਰਸ ਜਿਹੜਾ ਹੈਗਾ ਪੰਜਾਬ 'ਚ ਨਾ ਫੈਲ ਸਕੇ। ਔਰ ਮੇਰੀ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਹੈਗਾ ਕਿ ਤੁਰੰਤ ਪ੍ਰਵਾਸੀ ਜਿਹੜੇ ਮਜ਼ਦੂਰ ਆ ਰਹੇ ਨੇ ਉਹਨਾਂ ਤੁਰੰਤ ਮੈਡੀਕਲ ਕਰਾਇਆ ਜਾਵੇ, ਪੂਰੇ ਪੰਜਾਬ ਦੇ ਵਿੱਚ ਮੈਡੀਕਲ ਕੈਂਪ ਲਾਏ ਜਾਣ, ਸਟੇਸ਼ਨਾਂ ਦੇ ਉੱਤੇ, ਬੱਸ ਸਟੈਂਡਾਂ ਦੇ ਉੱਤੇ, ਤਾਂ ਕਿ ਉਹਨਾਂ ਮੈਡੀਕਲ ਹੋ ਕੇ ਤਾਂ ਜਾ ਕੇ ਲੇਬਰ ਕਰ। ਇਸ ਮੌਕੇ ਹਰਪਾਲ ਚੀਮਾ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ। ਉਹਨਾਂ ਨੇ ਜਿੱਥੇ ਪੰਜਾਬ ਸਰਕਾਰ ਦੇ ਕੰਮਾਂ ਤੇ ਸਵਾਲੀਆ ਨਿਸ਼ਾਨ ਲਗਾਏ, ਉੱਥੇ ਹੀ ਕਿਸਾਨਾਂ ਦੇ ਮੁੱਦੇ ਤੇ ਵੀ ਸਰਕਾਰ ਨੂੰ ਘੇਰਿਆ। ਬਰਨਾਲਾ ਤੋਂ ਬਾਲਕ੍ਰਿਸ਼ਨ ਗੋਇਲ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। Team 4 Entertainment and Trans 99 Logistics proudly present Diljit Dosanjh The Road to Work, co-presented by Trans Expert and Sarai Trucking, on Saturday, June 22nd at First Ontario Center, Hamilton, in association with T. Media House, Road Link Express and Friends Furniture. Tickets are available at Friends Video or Ticketmaster.ca. For tickets and sponsorship, 905-793-1234, 905-793-1234. ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।